ਸਮਾਣਾ ਪਟਿਆਲਾ ਮੁੱਖ ਮਾਰਗ 'ਤੇ ਬੀਤੀ ਰਾਤ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਦੋਵੇਂ ਵਾਸੀ ਸਮਾਣਾ ਵਜੋਂ ਹੋਈ ਹੈ, ਜਦਕਿ ਜ਼ਖਮੀ ਨੌਜਵਾਨ ਦੀ ਪਹਿਚਾਣ ਸਰਬਜੀਤ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਤਿੰਨੋਂ ਨੌਜਵਾਨ ਬੀਤੀ ਰਾਤ ਕਾਰ ਵਿੱਚ ਪਟਿਆਲਾ ਨੂੰ ਜਾ ਰਹੇ ਸਨ ਕਿ ਸਮਾਣਾ ਪਟਿਆਲਾ ਮੁੱਖ ਮਾਰਗ 'ਤੇ ਪਿੰਡ ਚੌਂਹਠਾ ਨੇੜੇ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਸਬੰਧੀ ਥਾਣਾ ਸਦਰ ਸਮਾਣਾ ਦੇ ASI ਨਿਰਮਲ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵੱਲੋਂ ਉਸਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਰਜਿੰਦਰ ਸਿੰਘ ਪਟਿਆਲੇ ਜਾ ਰਹੇ ਸੀ, ਇੱਕ ਆਪਣਾ ਬੇਟਾ ਸੀ, ਇੱਕ ਨਾਲ ਦੋਸਤ ਸੀ ਇਹਦਾ ਸਰਬਜੀਤ, ਇੱਕ ਮੁੰਡਾ ਅਵਤਾਰ ਸਿੰਘ ਸੀ ਮੁੰਡਾ। ਅਵਤਾਰ ਸਮਾਣੇ ਦਾ ਜੀ 9 ਵਜੇ ਗਏ ਨਹੀਂ ਤੋਂ ਸਮਾਣੇ ਤੋਂ ਜੀ ਆਪਣਾ ਗੱਡੀ, ਸਾਨੂੰ ਤਾਂ ਮਿਲੀ ਹੈ ਸੂਚਨਾ ਜੀ 10:30 ਵਜੇ। ਨਿਰਮਲ ਸਿੰਘ ਜੀ ਅਸਾਂ ਰਾਤ 64 ਫੈਕਟਰੀ ਕੋਲ ਹੋਇਆ ਜੀ, ਵਾਲੀ ਗੱਡੀ ਵਿੱਚ ਗੱਡੀ ਵੱਜੀ ਹੈ ਵਰਨਾ ਕਾਰ, ਨੌਜਵਾਨ ਸੀ, ਦੋ ਡੈਥ ਹੋ ਗਈ, ਇੱਕ ਦਾਖਲ ਹੈ ਜੀ ਜੀਤ ਸਿੰਘ ਅਤੇ ਅਵਤਾਰ ਸਿੰਘ ਸਮਾਣੇ ਦੇ ਰਹਿਣ ਵਾਲੇ ਫਰਾਰ ਹੈ ਜੀ, ਭੱਜ ਗਏ ਨੇ ਚਲੋ। ਪਰਚਾ ਦੇ ਕੇ ਅਗਲੀ ਗੱਲ ਕਰ ਰਹੇ ਜੀ 2 3 37 4 27 304 A IPC।